ਨਾਨ ਸਾਫੀ ਹੋਈ 182 ਦੀ ਜਿਹੜੀ ਗੱਲ ਕਰਦੇ ਹੋ ਕੀ ਕੀਤਾ ਕੁਛ ਵੀ ਨਹੀਂ ਮੈਨੂੰ ਤਾਂ ਕੁਛ ਵੀ ਨਹੀਂ ਦੱਸਿਆ ਕਹਿੰਦੇ ਤੁਹਾਡੇ ਤੇ ਪਰਚਾ ਦਰਜ ਹੋ ਜਾਊਗਾ ਕਿ ਤੁਸੀਂ ਵੀ ਫਿਲਹਾਲ ਪਰਸੋਂ ਸੋਮਵਾਰ ਨੂੰ DIG ਹੈ ਪਤਾ ਨਹੀਂ ਕੌਣ ਆਪੋ 11 ਵਜੇ ਪੇਸ਼ ਹੋ ਜਾਓ ਇਹ ਨਹੀਂ ਕੀਤੀ ਹੈ ਸਾਰਾ ਕੁਝ ਮੇਰੇ ਵਾਰ ਖਿਲਾਫ ਹੋ ਕੀ ਹੋਇਆ ਹੈ ਹਾਂ ਕੀ ਕੀ ਕੀਤਾ ਮੈਂ ਕੁਝ ਨਹੀਂ ਹੋ ਮੈਨੂੰ ਕਹਿੰਦੇ ਸੀ ਸੈਂਡ ਕਰ ਦੇ ਕੱਲ ਤੇ ਸੈਂਡ ਕਰ ਦੇ ਤੁਸੀਂ ਉਹ ਕੋਈ ਪੇਪਰ ਸੀਗਾ ਦੱਸਿਆ ਨਹੀਂ ਉਹਨੂੰ ਵੀ ਕਾਰਵਾਈ ਨਹੀਂ ਕੀਤੀ ਮੇਰੇ ਖਿਲਾਫ ਤਾਂ ਕੋਈ ਵੀ ਕਾਰਵਾਈ ਨਹੀਂ ਜਿਹੜੇ ਜਿਨ੍ਹਾਂ ਦੇ ਦੋਸਤ ਸੀਗਾ ਉਹਨਾਂ ਦੇ ਖਿਲਾਫ ਕਰ ਕਿੰਨਾ ਜਿਹੜਾ ਸਰਕਾਰ ਸਿੰਘ ਸੀਗਾ ਚੰਡੀਗੜ੍ਹ ਨੂੰ ਕੋਰਟ ਵੱਲੋਂ ਹੋਇਆ ਸੀਗਾ ਹਾਂਜੀ ਚੰਡੀਗੜ੍ਹ ਮਿਸ਼ਨ ਅਧਿਕਾਰ ਵਾਲਿਆਂ ਵੱਲੋਂ ਮੁੱਖ ਅਧਿਕਾਰ ਮਿਸ਼ਨ ਨੇ ਰਿਪੋਰਟ ਕੀਤੀ ਸੀ ਤੁਸੀਂ ਕੁਛ ਨਹੀਂ ਮੇਰੇ ਤੇ ਦਬਾਅ ਪਾਇਆ ਕੌਣ ਕੌਣ ਪਾਰੇ ਕਿਹੜੇ ਅਫਸਰ ਪਾਰੇ ਜੀ ਸਾਰੇ ਪਾਰੇ ਸੀਗੇ ਜੀ ਸਾਰਿਆਂ ਚ ਕੌਣ ਕੌਣ ਅਫਸਰ ਸੀ ਦਬਾਅ ਪਾਰੇ ਹੁਣ ਵੀ ਤੂੰ ਫਸੇਂਗੀ ਮੈਨੂੰ ਫੋਨ ਲਾਵੇ ਨਾ ਹੁਣ ਤੂੰ ਫਸੇਂਗੀ ਹੁਣ ਇਸ ਕੇਸ ਚ ਕਿ ਕੌਣ ਕੌਣ ਅਫਸਰ ਸੀ ਇਹਦੇ ਵਿੱਚ ਸਾਰੇ ਅਫਸਰ ਸੀ ਅੰਦਰ ਹੁਣ ਤੁਸੀਂ ਕੀ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਸਾਫ ਦੇ ਵੀ ਕੱਲ ਨੂੰ ਹੋਰ ਕੁੜੀਆਂ ਨਾਲ ਇਹੋ ਜਿਹਾ ਕੁਝ ਨਾ ਹੋਵੇ ਜਿਹੜਾ ਕੁਝ ਮੇਰੇ ਨਾਲ ਹੋਇਆ ਬਲਾਤਕਾਰ ਕਰਦਾ ਰਿਹਾ ਸਰਪਾਲ ਸਿੰਘ ਪੁੱਤਰ ਨੈਬ ਧਮਕੀਆਂ ਦਿੰਦੇ ਆ ਕੇਵਲ ਬਰਾੜ ਕੇਵਲ ਸਿੰਘ ਬਰਾੜ ਗਿੱਲ ਆ ਕੇਵਲ ਹਰਪਾਲ ਸਿੰਘ ਪਰਸੋਂ ਕਚਹਿਰੀਆਂ 'ਚ ਮੈਂ ਆਈ ਸੀਗੀ ਕੱਲ੍ਹ ਕਚਹਿਰੀਆਂ 'ਚ ਆਈ ਸੀਗੀ ਧਮਕੀਆਂ ਦਿੱਤੀਆਂ ਤੈਨੂੰ ਮਾਰ ਦਾਂਗੇ ਜਾਨੂੰ ਫਲਾਨ ਕੀ ਪਰਚਾ ਹੀ ਦਰਜ ਹੋਣਾ ਮਰੇ ਤੋਂ ਬਾਅਦ ਵੀ ਪਰਚਾ ਹੀ ਦਰਜ ਹੋਣਾ